मोहे पतित उधारिए, दया के दयाल 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 मोहे पतित उधारिए, पतित उधारिए, पतित उधारिए, पतित उधारिए मोहे पतित उधारिए, दया के दयाल मोहे पतित उधारिए, दया के दयाल मोहे पतित उधारिए। नख शीश लो सगल अंग रोम रोम कर, नख शीश लो सगल अंग रोम रोम कर, काट काट सिखन के चरण परवारिए, नख शीश लो सगल अंग रोम रोम कर, काट काट सिखन के चरण परवारिए, अग्न जलाए फुन पीसन पिसाए ताहे, ले उड़े पवन होए अनक परकारिए, दया के दयाल मोहे पतित उधारिए, दया के दयाल मोहे पतित उधारिए, पतित उधारिए, पतित उधारिए, पतित उधारिए मोहे पतित उधारिए, दया के दयाल मोहे पतित उधारिए, दया के दयाल मोहे पतित उधारिए। जत कत सिख पग धर गुर पंथ प्रांत, जत कत सिख पग धर गुर पंथ प्रांत, ताहू ताहू मार्ग में भस्म को डारिए, तह पद पद के चरण लिव लागी रे, तह पद पद के चरण लिव लागी रहे, दया के दयाल मोहे पतित उधारिए, 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 पतित उधारिए, पतित उधारिए, पतित उधारिए मुझे पतित उधारिए।
कबीर सुपने हो परड़ाए के जहें मुख निकसे राम ताके पग की पान ही मेरे तन को जाम ताके पग की पान ही ताके पग की पान ही मेरे तन को जाम दया के दयाल मोहे पतते उधारिए दया के दयाल मोहे पतते उधारिए धन धन भाग तिना भगत जना जो हर नामा मुख कहतिया धन धन भाग तिना संत जना जो हर जस सरवणी सुनतिया धन धन भाग तिना साध जना हर कीर्तन सुने गुणी जन बनतिया धन धन भाग तिना गुरमुखा धन धन भाग तिना गुरमुखा जो गुर सिख लै मन जिंतिया शब्दों वड्डे भाग शब्दों वड्डे भाग गुर सिखा के जो गुर चरणी सिख पढ़तिया जो गुर चरणी सिख पढ़तिया दया के दयाल मोहे पतते उधारिए दया के दयाल मोहे पतते उधारिए पतते उधारिए पतते उधारिए पतते उधारिए पतते उधारिए दया के दयाल मोहे पतते उधारिए दया के दयाल मोहे पतते उधारिए कुर्बानी तिना गुर सिखा पिछल राती उठ बहंदे कुर्बानी तिना गुर सिखा अमृत वेले सर ना बंदे कुर्बानी तिना गुर सिखा होए एक मन गुर जाप जपंदे कुर्बानी तिना गुर सिखा साध संगत चल जाए जुड़ंदे कुर्बानी तिना गुर सिखा गुरबानी नित गाए सुनंदे कुर्बानी तिना गुर सिखा मन मेली कर मेल मिलंदे कुर्बानी तिना गुर सिखा भाए भगत गुरपुरब करंदे
ਗੁਰ ਸੇਵਾ ਫਲ ਸੁਫਲ ਫਲੰਦੇ ਓ ਗੁਰ ਸੇਵਾ ਫਲ ਸੁਫਲ ਫਲੰਦੇ ਦਇਆ ਕੇ ਦਿਆਲ ਮੋਏ ਪਤਨ ਉਧਾਰੀਏ ਦਇਆ ਕੇ ਦਿਆਲ ਮੋਏ ਪਤਨ ਉਧਾਰੀਏ ਪਤਿਤ ਉਧਾਰੀਏ ਪਤਿਤ ਉਧਾਰੀਏ ਪਤਿਤ ਉਧਾਰੀਏ ਮੋਹੇ ਪਤਿਤ ਉਧਾਰੀਏ ਦਇਆ ਕੇ ਦਿਆਲ ਮੋਹੇ ਪਤਿਤ ਉਧਾਰੀਏ ਦਇਆ ਕੇ ਦਿਆਲ ਮੋਹੇ ਪਤਿਤ ਉਧਾਰੀਏ ਬਲਿਹਾਰੀ ਤਿੰਨਾਂ ਗੁਰ ਸਿੱਖਾਂ ਜਾਏ ਜਿਨਾ ਗੁਰ ਦਰਸ਼ਨ ਡਿੱਠਾ ਬਲਿਹਾਰੀ ਤਿੰਨਾ ਗੁਰ ਸਿੱਖਾਂ ਪੈਰੀ ਪੈ ਗੁਰ ਸਫਾ ਬਹਿਠਾ ਬਲਿਹਾਰੀ ਤਿੰਨਾ ਗੁਰ ਸਿੱਖਾਂ ਗੁਰਮਤ ਬੋਲ ਬੋਲ ਦੇ ਮਿੱਠਾ ਬਲਿਹਾਰੀ ਤਿੰਨਾ ਗੁਰ ਸਿੱਖਾਂ ਪੁੱਤਰ ਮਿੱਤਰ ਗੁਰ ਭਾਈ ਇੱਠਾ ਬਲਿਹਾਰੀ ਤਿੰਨਾ ਗੁਰ ਸਿੱਖਾਂ ਗੁਰ ਸੇਵਾ ਜਾਣਨ ਅਭਰਿਠਾ ਬਲਿਹਾਰੀ ਤਿੰਨਾ ਗੁਰ ਸਿੱਖਾਂ ਆਪ ਤਰੇ ਤਾਰੇਣ ਸਰਿਠਾ ਗੁਰਮੁਖ ਮਿਲਿਆ ਪਾਪ ਪਣਿਠਾ ਗੁਰਸਿੱਖ ਮਿਲਿਆ ਪਾਪ ਪਣਿਠਾ ਦਇਆ ਕੇ ਦਿਆਲ ਮੋਏ ਪਤਿਤ ਉਧਾਰੀਏ ਦਇਆ ਕੇ ਦਿਆਲ ਮੋਏ ਪਤਿਤ ਉਧਾਰੀਏ ਪਤਿਤ ਉਧਾਰੀਏ ਪਤਿਤ ਉਧਾਰੀਏ ਪਤਿਤ ਉਧਾਰੀਏ ਮੋਹੇ ਪਤਿਤ ਉਧਾਰੀਏ ਦਇਆ ਕੇ ਦਿਆਲ ਮੋਹੇ ਪਤਿਤ ਉਧਾਰੀਏ ਦਇਆ ਕੇ ਦਿਆਲ ਮੋਹੇ ਪਤਿਤ ਉਧਾਰੀਏ ਹਉ ਸਦਕੇ ਤਿੰਨਾ ਗੁਰ ਸਿੱਖਾਂ ਸਤਿਗੁਰ ਨੂੰ ਮਿਲ ਆਪ ਗਵਾਇਆ ਹਉ ਸਦਕੇ ਤਿੰਨਾ ਗੁਰ ਸਿੱਖਾਂ ਕਰਨ ਉਦਾਸੀ ਅੰਦਰ ਮਾਇਆ ਹਉ ਸਦਕੇ ਤਿੰਨਾ ਗੁਰ ਸਿੱਖਾਂ ਗੁਰਮਤ ਗੁਰ ਚਰਣੀ ਚਿਤ ਲਾਇਆ ਹਉ ਸਦਕੇ ਤਿੰਨਾ ਗੁਰ ਸਿੱਖਾਂ ਗੁਰਸਿੱਖ ਦੇ ਗੁਰਸਿੱਖ ਮਿਲਾਇਆ ਹਉ ਸਦਕੇ ਤਿੰਨਾ ਗੁਰ ਸਿੱਖਾਂ ਬਾਹਰ ਜਾਂਦਾ ਵਣਜ ਰਹਾਇਆ ਹਉ ਸਦਕੇ ਤਿੰਨਾ ਗੁਰ ਸਿੱਖਾਂ ਆਸਾ ਵਿੱਚ ਨਿਰਾਸ਼ ਵਲਾਇਆ ਸਤਿਗੁਰ ਦਾ ਉਪਦੇਸ਼ ਦ੍ਰਿੜਾਇਆ ਸਤਿਗੁਰ ਦਾ ਉਪਦੇਸ਼ ਦ੍ਰਿੜਾਇਆ ਦਇਆ ਕੇ ਦਿਆਲ ਮੋਏ ਪਤਿਤ ਉਧਾਰੀਏ ਦਇਆ ਕੇ ਦਿਆਲ ਮੋਏ ਪਤਿਤ ਉਧਾਰੀਏ ਪਤਿਤ ਉਧਾਰੀਏ ਮੋਏ ਪਤਿਤ ਉਧਾਰੀਏ ਪਤਿਤ ਉਧਾਰੀਏ ਮੋਏ ਪਤਿਤ ਉਧਾਰੀਏ ਦਇਆ ਕੇ ਦਿਆਲ ਮੋਹੇ ਪਤਿਤ ਉਧਾਰੀਏ ਦਇਆ ਕੇ ਦਿਆਲ ਮੋਹੇ ਪਤਿਤ ਉਧਾਰੀਏ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਾ ਵੰਦਾ
ਗੁਰ ਕੇ ਬਚਨ ਉਚਾਰ ਕੇ ਧਰਮਸ਼ਾਲਾ ਦੀ ਸੁਰਤ ਕਰਨ ਦਾ ਸਾਧ ਸੰਗਤ ਵਿੱਚ ਜਾਏ ਕੇ ਗੁਰਬਾਣੀ ਦੇ ਪ੍ਰੀਤ ਸੁਣਨ ਦਾ ਸ਼ੰਕਾ ਮਨੋ ਮਿਟਾਏ ਕੇ ਗੁਰਸਿੱਖਾਂ ਦੀ ਸੇਵ ਕਰਨ ਦਾ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸਾਦ ਆਣ ਵਰਤਨ ਦਾ ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬੱਚਿਆ ਆਪ ਖਵੰਦਾ ਕਲੀ ਕਾਲ ਪ੍ਰਗਾਸ ਕਰ ਗੁਰ ਚੇਲਾ ਚੇਲਾ ਗੁਰ ਸੰਦਾ ਗੁਰਮੁਖ ਗਾਡੀ ਰਹਾ ਚਲੰਦਾ ਗੁਰਮੁਖ ਗਾਡੀ ਰਾਹ ਚਲੰਦਾ ਦਇਆ ਕੇ ਦਇਆਲ ਮੋਹਿ ਪਤ ਤੇ ਉਧਾਰੀਏ ਦਇਆ ਕੇ ਦਇਆਲ ਮੋਹਿ ਪਤ ਤੇ ਉਧਾਰੀਏ ਪਤ ਤੇ ਉਧਾਰੀਏ ਪਤ ਤੇ ਉਧਾਰੀਏ ਪਤ ਤੇ ਉਧਾਰੀਏ ਮੋਹਿ ਪਤ ਤੇ ਉਧਾਰੀਏ ਦਇਆ ਕੇ ਦਇਆਲ ਮੋਹਿ ਪਤ ਤੇ ਉਧਾਰੀਏ ਦਇਆ ਕੇ ਦਇਆਲ ਮੋਹਿ ਪਤ ਤੇ ਉਧਾਰੀਏ ਗੁਰਸਿੱਖ ਮਨ ਪ੍ਰਗਾਸ਼ ਹੈ ਪਿਰਮ ਪਿਆਲਾ ਅਜਰ ਜਰਨ ਦੇ ਗੁਰਸਿੱਖ ਮਨ ਪ੍ਰਗਾਸ਼ ਹੈ ਪਿਰਮ ਪਿਆਲਾ ਅਜਰ ਜਰਨ ਦੇ ਪਾਰ ਬ੍ਰਹਮ ਪੂਰਨ ਬ੍ਰਹਮ ਬ੍ਰਹਮ ਵਿਵੇਕੀ ਧਿਆਨ ਧਰਨ ਦੇ ਸ਼ਬਦ ਸੁਰਤ ਲਿਵ ਲੀਨ ਹੋਏ ਅਕਥ ਕਥਾ ਗੁਰ ਸ਼ਬਦ ਸੁਣਨ ਦੇ ਭੂਤ ਭਵਿੱਖੋਂ ਵਰਤਮਾਨ ਅਬ ਗਤ ਗਤ ਅਤ ਅਲਖ ਲਖਨ ਦੇ ਗੁਰਮੁਖ ਸੁਖ ਫਲ ਅਸ਼ਲ ਛਲ ਭਗਤ ਵਸ਼ਲ ਕਰ ਅਸ਼ਲ ਛਲਨ ਦੇ ਭਵ ਜਲ ਅੰਦਰ ਬੋਏ ਥੈ ਇਕਸ ਪਿੱਛੇ ਲੱਖ ਤਰਨ ਦੇ ਪਰ ਉਪਕਾਰੀ ਮਿਲਨ ਹਸਨ ਦੇ ਪਰ ਉਪਕਾਰੀ ਮਿਲਨ ਹਸਨ ਦੇ ਦਇਆ ਕੇ ਦਇਆਲ ਮੋਹਿ ਪਤ ਤੇ ਉਧਾਰੀਏ ਦਇਆ ਕੇ ਦਇਆਲ ਮੋਹਿ ਪਤ ਤੇ ਉਧਾਰੀਏ ਪਤ ਤੇ ਉਧਾਰੀਏ ਪਤ ਤੇ ਉਧਾਰੀਏ ਪਤ ਤੇ ਉਧਾਰੀਏ ਮੋਹਿ ਪਤ ਤੇ ਉਧਾਰੀਏ ਦਇਆ ਕੇ ਦਇਆਲ ਮੋਹਿ ਪਤ ਤੇ ਉਧਾਰੀਏ ਦਇਆ ਕੇ ਦਇਆਲ ਮੋਹਿ ਪਤ ਤੇ ਉਧਾਰੀਏ ਗੁਰ ਸਰਣੀ ਸਾਧ ਸੰਗਤੀ ਨਿਤ ਚਲ ਚਲ ਜਾਂਦੇ ਵਤਨ ਪਰ ਉਪਕਾਰ ਨੂੰ ਕਰ ਪਾਰ ਵਸਾਂਦੇ ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਂ ਦੇ ਗੁਰਸਿੱਖਾਂ ਦਾ ਜੀਵਨ ਲੱਭਦਿਆਂ ਗੁਰਸਿੱਖਾਂ ਦੇ ਜੀਵਨ ਨੂੰ ਬਿਆਨ ਕਰਕੇ ਭਾਈ ਸਾਹਿਬ ਗੁਰਦਾਸ ਜੀ ਫਰਮਾ ਰਹੇ ਹਨ ਕਿ ਐਸੇ ਗੁਰਸਿੱਖਾਂ ਦਾ ਮੈਂ ਕਿਵੇਂ ਸਤਿਕਾਰ ਕਰਾਂ।
ਮੈਂ ਆਪਣੇ ਧਨ ਭਾਗ ਸਮਝਾਂਗਾ ਜੇ ਮੇਰੇ ਤਨ ਦੇ ਚਮੜੇ ਦੇ ਜੋੜੇ ਬਣਨ ਤੇ ਐਸੇ ਗੁਰਸਿੱਖ ਪੈਰਨ ਜਿਨ੍ਹਾਂ ਦਾ ਇਹ ਜੀਵਨ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਜਾਏ ਅੰਦਰ ਦਰਿਆਏ ਨਵੰਦੇ ਸਹਿਜ ਸਮਾਧ ਆਗਾਦ ਵਿੱਚ ਇੱਕ ਮਨ ਹੋਏ ਗੁਰ ਜਾਪ ਜਪਣ ਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਜੋ ਸਵਾਸ ਸਵਾਸ ਬੰਦਗੀ ਕਰਨ ਵਾਲੇ ਸਨ ਅਨੇਕਾਂ ਭੁੱਲਿਆਂ ਭਟਕਿਆਂ ਨੂੰ ਗੁਰੂ ਨਾਨਕ ਦੇ ਦਰ ਨਾਲ ਜੋੜਨ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਹਿੱਸਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਿੱਥੇ ਸਾਡੇ ਕਲਯੁਗੀ ਜੀਵਾਂ ਨੂੰ ਤਾਰਨ ਹਿੱਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਉਹਦੇ ਲਿਖਾਰੀ ਭਾਈ ਸਾਹਿਬ ਭਾਈ ਗੁਰਦਾਸ ਜੀ ਹਨ। ਸਿੱਖ ਜਗਤ ਦੇ ਵੇਦ ਵਿਆਸ ਹੁੰਦੇ ਹੋਏ ਵੀ ਆਪ ਦਾ ਕਿਤਨਾ ਮਨ ਨਿਰਮਲ ਹੈ, ਕਿਤਨੀ ਨਿਮਰਤਾ ਹੈ ਆਪ ਦੇ ਹਿਰਦੇ ਵਿੱਚ। ਜਦੋਂ ਆਪ ਨੂੰ ਪੁੱਛਿਆ ਗਿਆ, ਕਿਉਂਕਿ ਜੋ ਵੀ ਮਹਾਨ ਹਸਤੀਆਂ ਸੰਸਾਰ ਤੇ ਆਉਂਦੀਆਂ ਹਨ ਉਹਨਾਂ ਨੂੰ ਪੁੱਛ ਲਿਆ ਜਾਂਦਾ ਬਈ ਜਦੋਂ ਆਪ ਦਾ ਸਰੀਰ ਸ਼ਾਂਤ ਹੋਵੇ ਤਾਂ ਕਿਵੇਂ ਕਰਨਾ ਹੈ। ਕੁਝ ਮਹਾਂਪੁਰਖ ਕਹਿ ਜਾਂਦੇ ਹਨ ਸਾਡਾ ਸਰੀਰ ਜਲ ਪ੍ਰਵਾਹ ਕਰ ਦੇਣਾ, ਕੁਝ ਕਹਿ ਜਾਂਦੇ ਹਨ ਅਗਨ ਭੇਟ ਕਰ ਦੇਣਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੁੱਛਿਆ ਗਿਆ ਕਿ ਜਦੋਂ ਆਪ ਦਾ ਸਰੀਰ ਸ਼ਾਂਤ ਹੋਵੇ ਕਿਵੇਂ ਕਰਨਾ ਹੈ, ਤਾਂ ਭਾਈ ਸਾਹਿਬ ਕਹਿੰਦੇ ਹਨ ਨੱਖ ਸਿਸ ਲਓ ਸਗਲ ਅੰਗ ਰੋਮ ਰੋਮ ਕਰ ਕਾਟ ਕਾਟ ਸਿੱਖਣ ਕੇ ਚਿਰਨ ਪਰਵਾਰੀਏ। ਭਾਈ ਸਾਹਿਬ ਕਹਿੰਦੇ ਹਨ ਕਿ ਪੈਰ ਤੋਂ ਲੈ ਕੇ ਸਿਰ ਤੱਕ ਮੇਰੇ ਸਰੀਰ ਦੇ ਟੁਕੜੇ ਕਰਕੇ ਗੁਰੂ ਕੇ ਸਿੱਖਾਂ ਦੇ ਚਰਨਾਂ ਤੋਂ ਵਾਰ ਦੇਣਾ। ਤੇ ਫਿਰ ਇੱਥੇ ਹੀ ਬਸ ਨਹੀਂ, ਉਹਨਾਂ ਟੁਕੜਿਆਂ ਨੂੰ ਜਲਾ ਲੈਣਾ, ਹੱਡੀਆਂ ਰਾਖ ਨਹੀਂ ਹੋਣਗੀਆਂ, ਮੇਰੇ ਤੇ ਪਰਉਪਕਾਰ ਕਰਨਾ, ਮੇਰੀਆਂ ਹੱਡੀਆਂ ਨੂੰ ਪੀਸ ਲੈਣਾ। ਤੇ ਫਿਰ ਮੈਂ ਪਵਨ ਅੱਗੇ ਬੇਨਤੀ ਕਰਾਂਗਾ, ਐ ਪਵਨ ਮੇਰੇ ਸਰੀਰ ਦੀ ਰਾਖ ਨੂੰ ਚਾਰੇ ਹੀ ਦਿਸ਼ਾ ਵੱਲ ਉਡਾ ਕੇ ਲੈ ਚੱਲ। ਜਿੱਥੇ ਜਿੱਥੇ ਵੀ ਕੋਈ ਗੁਰੂ ਕਾ ਸਿੱਖ ਸਤ ਸੰਗਤ ਵੱਲ ਜਾ ਰਿਹਾ ਹੈ ਨਾ, ਐ ਪਵਨ ਮੇਰੇ ਸਰੀਰ ਦੀ ਰਾਖ ਨੂੰ ਉਸ ਦੇ ਕਦਮਾਂ ਥੱਲੇ ਪਾਈ ਜਾਵੀ। ਤੇ ਜਦੋਂ ਉਸ ਰਾਖ ਤੇ ਗੁਰੂ ਕਾ ਸਿੱਖ ਕਦਮ ਰੱਖੇਗਾ ਉਹ ਰਾਖ ਉੱਡ ਕੇ ਉਸਦੇ ਜੋੜਿਆਂ ਨੂੰ ਲੱਗ ਜਾਵੇਗੀ। ਭਾਈ ਸਾਹਿਬ ਕਹਿੰਦੇ ਹਨ ਫਿਰ ਮੈਂ ਰਾਖ ਰੂਪ ਹੋ ਕੇ ਉਸ ਗੁਰਸਿੱਖ ਅੱਗੇ ਬੇਨਤੀ ਕਰਾਂਗਾ, ਐ ਗੁਰੂ ਕੇ ਲਾਲ ਮੇਰੇ ਸਰੀਰ ਦੀ ਰਾਖ ਨੂੰ ਆਪਣੇ ਜੋੜਿਆਂ ਨਾਲੋਂ ਲਾਵੀ ਨਾ, ਕਿਉਂਕਿ ਤੇਰੇ ਕਦਮ ਸਤਸੰਗਤ ਵੱਲ ਜਾਂਦੇ ਹਨ, ਤੇਰੇ ਕਦਮ ਪਰਉਪਕਾਰ ਲਈ ਉੱਠਦੇ ਹਨ, ਤੇਰੇ ਕਦਮ ਗੁਰੂ ਵੱਲ ਤੁਰਦੇ ਹਨ, ਇਸ ਲਈ ਮੇਰੇ ਸਰੀਰ ਦੀ ਰਾਖ ਨੂੰ ਆਪਣੇ ਜੋੜਿਆਂ ਨਾਲੋਂ ਲਾਵੀ ਨਾ। ਹੋ ਸਕਦਾ ਤੇਰੇ ਜੋੜਿਆਂ ਦਾ ਸਦਕਾ ਹੀ ਮੇਰੇ ਪਾਪੀ ਦਾ ਉਧਾਰ ਹੋ ਜਾਵੇ। ਨੱਖ ਸਿਸ ਲਓ ਸਗਲ ਅੰਗ ਰੋਮ ਰੋਮ ਕਰ ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀਏ।
ਅਗਨ ਜਲਾਏ ਫੁਨ ਪੀਸਨ ਪਿਸਾਏ ਤਾਹੇ ਲੈ ਉਡੇ ਪਵਨ ਹੋਏ ਅਨਕ ਪ੍ਰਕਾਰੀਏ ਜਤ ਕਤ ਸਿੱਖ ਪਗ ਧਰੇ ਗੁਰ ਪੰਥ ਪ੍ਰਾਂਤ ਤਾਹੂ ਤਾਹੂ ਮਾਰਗ ਮੇ ਭਸਮ ਕੋ ਡਾਰੀਏ ਤਹਿ ਪਦ ਪਾਦਿਕ ਚਰਨ ਲਿਵ ਲਾਗੀ ਰਹੇ ਦਇਆ ਕੇ ਦਿਆਲ ਮੋਹਿ ਪਤਿਤ ਉਧਾਰੀਏ। ਇਹ ਤਰਲਾ ਭਾਈ ਸਾਹਿਬ ਗੁਰੂ ਅੱਗੇ ਨਹੀਂ ਕਰ ਰਹੇ, ਗੁਰੂ ਕੇ ਸਿੱਖ ਅੱਗੇ ਕਰ ਰਹੇ ਹਨ। ਗੁਰੂ ਦੇ ਨਾਲ ਤਾਂ ਪਤਾ ਨਹੀਂ ਕਿਤਨੀ ਕੁ ਉਹਨਾਂ ਦੀ ਪ੍ਰੀਤੀ ਹੋਵੇਗੀ ਜੋ ਇਸ ਰਸਨਾ ਤੋਂ ਬਿਆਨ ਨਹੀਂ ਹੋ ਸਕਦੀ। ਇਹ ਤਰਲਾ ਗੁਰੂ ਕੇ ਸਿੱਖ ਅੱਗੇ ਕਰਦੇ ਹਨ। ਇਹ ਗੁਰੂ ਕੇ ਸਿੱਖ, ਇਹ ਗੁਰੂ ਕੇ ਲਾਲ, ਤੇਰੇ ਕਦਮ ਸਤ ਸੰਗਤ ਵੱਲ ਜਾਂਦੇ ਹਨ। ਮੇਰੇ ਸਰੀਰ ਦੀ ਰਾਖ ਨੂੰ ਆਪਣੇ ਜੋੜਿਆਂ ਨਾਲੋਂ ਲਾਵੀ ਨਾ, ਹੋ ਸਕਦਾ ਤੇਰੇ ਜੋੜਿਆਂ ਦਾ ਸਦਕਾ ਮੇਰੇ ਪਾਪੀ ਦਾ ਵੀ ਉਧਾਰ ਹੋ ਜਾਵੇ। ਸੋ ਇਹਨਾਂ ਤੁਕਾਂ ਤੋਂ ਸਾਨੂੰ ਭਾਈ ਸਾਹਿਬ ਨੇ ਨਿਮਰਤਾ ਦੀ ਪ੍ਰੇਰਨਾ ਕੀਤੀ ਕਿ ਕਿਵੇਂ ਗੁਰਸਿੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸਤਸੰਗਤ ਵਿੱਚ ਜਾ ਕੇ ਨਾਮ ਜਪਦਿਆਂ ਸੇਵਾ ਕਰਦਿਆਂ ਪਰਉਪਕਾਰ ਕਰਦਿਆਂ ਵੀ ਗੁਰੂ ਕੇ ਸਿੱਖ ਦੇ ਅੰਦਰ ਐਡੀ ਵੱਡੀ ਨਿਮਰਤਾ ਦੀ ਲੋੜ ਹੈ ਕਿ ਗੁਰੂ ਕਾ ਸਿੱਖ ਸਦਾ ਇਹੀ ਦਾਤ ਮੰਗੇ। ਕਿਹੜੀ? ਦਇਆ ਕੇ ਦਿਆਲ। ਦਇਆ ਕੇ ਦਿਆਲ ਮੋਹਿ ਪਤਿਤ ਉਧਾਰੀਏ, ਦਇਆ ਕੇ ਦਿਆਲ ਮੋਹਿ ਪਤਿਤ ਉਧਾਰੀਏ, ਪਤਿਤੀ ਉਧਾਰੀਏ, ਪਤਿਤੀ ਉਧਾਰੀਏ, ਪਤਿਤੀ ਉਧਾਰੀਏ, ਪਤਿਤੀ ਉਧਾਰੀਏ, ਦਇਆ ਕੇ ਦਿਆਲ ਮੋਹਿ ਪਤਿਤ ਉਧਾਰੀਏ, ਦਇਆ ਕੇ ਦਿਆਲ ਮੋਹਿ ਪਤਿਤ ਉਧਾਰੀਏ। ਅੰਮ੍ਰਿਤ ਵੇਲੇ ਉੱਠ ਕੇ ਜਾਏ ਅੰਦਰ ਦਰਿਆਏ ਨਵੰਦੇ, ਸਹਿਜ ਸਮਾਧ ਅਗਾਧ ਵਿੱਚ ਇੱਕ ਮਨ ਹੋ ਗੁਰ ਜਾਪ ਜਪੰਦੇ, ਮੱਥੇ ਟਿੱਕੇ ਲਾਲ ਲਾਏ ਸਾਧ ਸੰਗਤ ਚੱਲ ਜਾਏ ਬਹੰਦੇ, ਸ਼ਬਦ ਸੁਰਤ ਲਿਵ ਲੀਨ ਹੋਏ ਸਤਿਗੁਰ ਬਾਣੀ ਗਾਵ ਸੁਣਦੇ, ਪਾਏ ਭਗਤ ਭੈ ਵਰਤਮਾਨ ਗੁਰ ਸੇਵਾ ਗੁਰਪੁਰਬ ਕਰਨ ਦੇ, ਸੰਜੈ ਸੋਦਰ ਗਾਵਣਾ ਮਨ ਮੇਲੀ ਕਰ ਮੇਲ ਮਿਲਨ ਦੇ, ਰਾਤੀ ਕੀਰਤਨ ਸੁਹੇਲਾ, ਰਾਤੀ ਕੀਰਤ ਸੁਹੇਲਾ ਕਰ ਆਰਤੀ ਪ੍ਰਸ਼ਾਦ ਵਣਦੇ, ਗੁਰਮੁਖ ਸੁਖ ਫਲ ਪਿਰਮ ਚਖੰਦੇ, ਗੁਰਮੁਖ ਸੁਖ ਫਲ ਪਿਰਮ ਚਖੰਦੇ, ਦਇਆ ਕੇ ਦਿਆਲ ਮੋਹਿ ਪਤਿਤ ਉਧਾਰੀਏ, ਦਇਆ ਕੇ ਦਿਆਲ ਮੋਹਿ ਪਤਿਤ ਉਧਾਰੀਏ, ਪਤਿਤੀ ਉਧਾਰੀਏ, ਪਤਿਤੀ ਉਧਾਰੀਏ, ਪਤਿਤੀ ਉਧਾਰੀਏ ਮੋਹਿ ਪਤਿਤੀ ਉਧਾਰੀਏ, ਦਇਆ ਕੇ ਦਿਆਲ ਮੋਹਿ ਪਤਿਤ ਉਧਾਰੀਏ, ਦਇਆ ਕੇ ਦਿਆਲ ਮੋਹਿ ਪਤਿਤ ਉਧਾਰੀਏ। ਪਿਛਲ ਰਾਤੀ ਜਾਗਣਾ ਨਾਮਦਾਨ ਇਸ਼ਨਾਨ ਦ੍ਰਿੜਾਏ, ਪਿਛਲ ਰਾਤੀ ਜਾਗਣਾ ਨਾਮਦਾਨ ਇਸ਼ਨਾਨ ਦ੍ਰਿੜਾਏ, ਮਿੱਠਾ ਬੋਲਣ ਨਿਵ ਚਲਨ ਹੱਥੋਂ ਦੇ ਕੇ ਭਲਾ ਮਨਾਏ, ਥੋੜਾ ਸਮਣਾ ਖਾਵਣਾ ਥੋੜਾ ਬੋਲਣ ਗੁਰਮਤ ਪਾਏ,
ਕਾਲ ਖਾਏ ਸੋ ਕਿਰਤ ਕਰੈ ਵੱਡਾ ਹੋਏ ਨਾ ਆਪ ਗਣਾਏ। ਕਾਲ ਖਾਏ ਸੋ ਕਿਰਤ ਕਰੈ ਵੱਡਾ ਹੋਏ ਨਾ ਆਪ ਗਣਾਏ। ਸਾਧ ਸੰਗਤ ਮਿਲ ਗਾਮ ਦੇ ਰਾਤ ਦੇਹੇ ਨਿਤ ਚਲ ਚਲ ਜਾਏ। ਸ਼ਬਦ ਸੁਰਤ ਪਰਚਾ ਕਰੇ ਸਤਿਗੁਰ ਪਰਚੈ ਮਨ ਪਰਚਾਏ। ਆਸ਼ਾ ਵਿੱਚ ਨਿਰਾਸ ਬੁਲਾਏ, ਆਸ਼ਾ ਵਿੱਚ ਨਿਰਾਸ ਬੁਲਾਏ। ਦਇਆ ਕੇ ਦਿਆਲ ਮੋਏ ਪਤਿਤ ਉਧਾਰੀਏ, ਦਇਆ ਕੇ ਦਿਆਲ ਮੋਏ ਪਤਿਤ ਉਧਾਰੀਏ, ਪਤਿਤ ਉਧਾਰੀਏ, ਪਤਿਤ ਉਧਾਰੀਏ, ਪਤਿਤ ਉਧਾਰੀਏ, ਪਤਿਤ ਉਧਾਰੀਏ। ਦਇਆ ਕੇ ਦਿਆਲ ਮੋਏ ਪਤਿਤ ਉਧਾਰੀਏ, ਦਇਆ ਕੇ ਦਿਆਲ ਮੋਏ ਪਤਿਤ ਉਧਾਰੀਏ। ਗੁਰਸਿੱਖੀ ਗੁਰਸਿੱਖ ਸੁਣ ਅੰਦਰੋਂ ਸਿਆਣਾ ਬਾਹਰੋਂ ਭੋਲਾ, ਸ਼ਬਦ ਸੁਰਤ ਸਾਵਧਾਨ ਹੋਏ, ਸ਼ਬਦ ਸੁਰਤ ਸਾਵਧਾਨ ਹੋਏ। ਵਿਣ ਗੁਣ ਸ਼ਬਦ ਨਾ ਸੁਣ ਹੀ ਬੋਲਾ, ਵਿਣ ਗੁਰ ਸ਼ਬਦ ਨਾ ਸੁਣ ਹੀ ਬੋਲਾ। ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ ਵਿੱਚ ਅੰਨਾ ਖੋਲਾ। ਵਾਹਿਗੁਰੂ ਸਾਧ ਸੰਗਤ ਵਿਣ ਅੰਨਾ ਖੋਲਾ। ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚਬੋਲਾ। ਪੈਰੀ ਪੈ ਪਾ ਖਾਕ ਹੋਏ ਚਰਨ ਧੋਏ ਚਰਨ ਉਦਕ ਚੋਲਾ। ਚਰਨ ਕਮਲ ਚਿਤ ਪਵਰ ਕਰ ਭਵ ਜਲ ਅੰਦਰ ਰਹੇ ਨਿਰੋਲਾ। ਜੀਵਨ ਮੁਕਤ ਸਚਾਵਾ ਚੋਲਾ, ਜੀਵਨ ਮੁਕਤ ਸਚਾਵਾ ਚੋਲਾ। ਦਇਆ ਕੇ ਦਿਆਲ ਮੋਏ ਪਤਿਤ ਉਧਾਰੀਏ, ਦਇਆ ਕੇ ਦਿਆਲ ਮੋਏ ਪਤਿਤ ਉਧਾਰੀਏ, ਪਤਿਤ ਉਧਾਰੀਏ, ਪਤਿਤ ਉਧਾਰੀਏ, ਪਤਿਤ ਉਧਾਰੀਏ ਮੋਏ ਪਤਿਤ ਉਧਾਰੀਏ। ਐਸਾ ਗੁਰਸਿੱਖ ਜਿਸ ਦਾ ਜੀਵਨ ਸੇਵਾ ਸਿਮਰਨ ਪਰਉਪਕਾਰੀ ਹੈ, ਭਾਈ ਸਾਹਿਬ ਕਹਿੰਦੇ ਹਨ ਕਿ ਬੇਸ਼ੱਕ ਉਸ ਨੂੰ ਕਹਿ ਦਿਓ ਜਿਹੜੇ ਜੋੜੇ ਉਸਨੇ ਪਹਿਰੇ ਹਨ ਉਹ ਉਤਾਰ ਦੇਵੇ, ਪਤਾ ਨਹੀਂ ਕਿਸ ਚਮੜੇ ਦੇ ਹੋਣਗੇ। ਆ ਮੇਰੇ ਤਾਈ ਗੁਰਸਿੱਖ ਨੂੰ ਪਹਿਨਾ ਦਿਓ ਜਿਸ ਦਾ ਐਸਾ ਜੀਵਨ ਹੈ ਗੁਰਸਿੱਖੀ ਗੁਰਸਿੱਖ ਸੁਣ ਅੰਦਰੋਂ ਸਿਆਣਾ ਬਾਹਰੋਂ ਭੋਲਾ। ਸ਼ਬਦ ਸੁਰਤ ਸਾਵਧਾਨ ਹੈ ਬਿਨ ਗੁਰ ਸ਼ਬਦ ਨਾ ਸੁਣ ਹੀ ਬੋਲਾ। ਜਿੱਥੇ ਗੁਰੂ ਕੀ ਬਾਣੀ ਦੀ ਵਿਚਾਰ ਹੁੰਦੀ ਹੈ ਝੱਟ ਪਹੁੰਚ ਕੇ ਕੰਨ ਦੇ ਕੇ ਸੁਣਦਾ ਹੈ, ਤੇ ਜਿੱਥੇ ਨਿੰਦਿਆ ਚੁਗਲੀ ਹੋ ਰਹੀ ਹੈ ਉੱਥੋਂ ਕੰਨੀ ਕਤਰਾ ਜਾਂਦਾ ਹੈ, ਕਿਉਂਕਿ ਨਿੰਦਿਆ ਚੁਗਲੀ ਸੁਣਨ ਨਾਲ ਪੁੰਨ ਸੜ ਜਾਂਦੇ ਹਨ। ਸਤਸੰਗਤ ਵਿੱਚ ਬਹਿ ਕੇ ਗੁਰੂ ਕੀ ਬਾਣੀ ਸੁਣਨ ਨਾਲ ਪੁੰਨ ਵੱਧ ਜਾਂਦੇ ਹਨ। ਇਸ ਲਈ ਗੁਰੂ ਕੇ ਸਿੱਖ ਦਾ ਐਸਾ ਜੀਵਨ ਭਾਈ ਸਾਹਿਬ ਕਹਿੰਦੇ ਹਨ ਬੇਸ਼ੱਕ ਮੇਰੇ ਤਨ ਦੇ ਚਮੜੇ ਦੇ ਜੋੜੇ ਐਸੇ ਗੁਰਸਿੱਖ ਨੂੰ ਪਹਿਨਾ ਦਿਓ। ਤੇ ਮੈਂ ਫਿਰ ਵੀ ਉਸ ਨੂੰ ਇਹੀ ਬੇਨਤੀ ਕਰਾਂਗਾ, ਕਿਹੜੀ? ਦਇਆ ਕੇ ਦਿਆਲ ਮੋਏ ਪਤਿਤ ਉਧਾਰੀਏ,
ਦਇਆ ਕੇ ਦਿਆਲ ਮੋਏ ਪਤ ਤੇ ਉਧਾਰੀਏ 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 ਦਇਆ ਕੇ ਦਿਆਲ ਮੋਏ ਪਤ ਤੇ ਉਧਾਰੀਏ ਦਇਆ ਕੇ ਦਿਆਲ ਉਧਾਰੀਏ ਪਤ ਤੇ ਉਧਾਰੀਏ ਪਤ ਤੇ ਉਧਾਰੀਏ ਪਤ ਤੇ